ਮੋਬਾਈਲ ਫੋਨ ਦੀ ਲੁੱਟ ਖੋਹ ਕਰਦੇ ਸਮੇਂ ਲੜਕੀ ਨੂੰ ਘੜੀਸਣ ਵਾਲੇ ਲੁਟੇਰਿਆਂ ਨੂੰ ਹੁਣ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹਾਈਟੈਕ ਨਾਕਾ ਲਗਾਇਆ ਗਿਆ ਸੀ, ਜਿਸ ਦੌਰਾਨ ਇਹਨਾਂ ਤਿੰਨਾਂ ਨੂੰ ਹੀ ਹੁਣ ਮੌਕੇ ਤੋਂ ਕਾਬੂ ਕਰ ਲਿਆ। ਤਾਂ ਮਾਮਲਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਜਲੰਧਰ ਦਾ ਦੱਸਿਆ ਜਾ ਰਿਹਾ, ਜਦੋਂ ਇੱਕ ਲੜਕੀ ਆਪਣੇ ਘਰ ਦੇ ਵਿੱਚ ਦਾਖਲ ਹੋਣ ਲੱਗੀ ਤਾਂ ਪਿੱਛੋਂ ਤੀ ਬਾਈਕ ਦੇ ਉੱਤੇ ਇਹ ਤਿੰਨ ਲੁਟੇਰੇ ਆਉਂਦੇ ਨੇ ਅਤੇ ਲੁਟੇਰਿਆਂ ਦੇ ਵੱਲੋਂ ਜਦੋਂ ਉਸਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਹਿਲਾਂ ਤਾਂ ਉਸਨੂੰ ਧੱਕਾ ਮਾਰਿਆ ਜਾਂਦਾ ਅਤੇ ਫਿਰ ਮੁਆਫ਼ੀ ਵੀ ਮੰਗੀ ਜਾਂਦੀ ਹੈ। ਅਤੇ ਫਿਰ ਜਿਵੇਂ ਲੜਕੀ ਆਪਣੇ ਘਰ ਦੇ ਵਿੱਚ ਵੜਨ ਲੱਗਦੀ ਹੈ ਤਾਂ ਉਸਨੂੰ ਹੱਥ ਤੋਂ ਫੜ ਕੇ ਖਿੱਚ ਲੈਂਦੇ ਨੇ, ਫੋਨ ਉਸਦੇ ਹੱਥ ਦੇ ਵਿੱਚ ਹੁੰਦਾ ਅਤੇ ਫੋਨ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਲੁਟੇਰਿਆਂ ਦੇ ਵੱਲੋਂ ਆਪਣਾ ਬਾਈਕ ਨਹੀਂ ਰੋਕਿਆ ਜਾਂਦਾ ਅਤੇ ਲੜਕੀ ਨੂੰ ਗੁੱਟ ਤੋਂ ਫੜ ਕੇ ਕਾਫ਼ੀ ਦੂਰ ਤੱਕ ਉਹ ਆਪਣੇ ਨਾਲ ਘੜੀਸਦੇ ਹੋਏ ਹੀ ਲੈ ਜਾਂਦੇ ਨੇ। ਤਾਂ ਜਿਹੜੀ ਕਿ ਸਾਰੀ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਸਭ ਦੇਖਿਆ ਜਾ ਸਕਦਾ ਸੀ ਕਿ ਲੜਕੀ ਨੂੰ ਘੜੀਸਦੇ ਹੋਏ ਇਹ ਬਾਈਕ ਸਵਾਰ ਲੁਟੇਰੇ ਨਜ਼ਰ ਆ ਰਹੇ ਨੇ ਅਤੇ ਜਦੋਂ ਲੜਕੀ ਨੂੰ ਅੱਧਾ ਕਿਲੋਮੀਟਰ ਤੱਕ ਘੜੀਸ ਕੇ ਦੂਰ ਲੈ ਜਾਂਦੇ ਨੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਵਿੱਚ ਪੁਲਿਸ ਮੁਲਾਜ਼ਮ ਉਤਰਦਾ। ਜਿਵੇਂ ਹੀ ਉਹ ਲੜਕੀ ਨੂੰ ਬਚਾਉਣ ਦੇ ਲਈ ਅੱਗੇ ਭੱਜਦਾ ਤਾਂ ਇਹ ਲੁਟੇਰੇ ਉਸਦਾ ਹੱਥ ਛੱਡ ਕੇ ਉਸਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਲੜਕੀ ਕਾਫ਼ੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੀ ਹੈ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਅਤੇ ਫੋਨ ਉਸਦਾ ਖੋਹ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਹਾਈਟੈਕ ਨਾਕਾ ਲਗਾ ਕੇ ਹੁਣ ਤਿੰਨਾਂ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਹਨਾਂ ਦਾ ਕਿਆ ਹਾਲ ਕੀਤਾ ਉਹ ਤੁਸੀਂ ਤਸਵੀਰਾਂ ਦੇ ਵਿੱਚ ਖੁਦ ਹੀ ਦੇਖ ਸਕਦੇ ਹੋ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਸੀ, ਜਦੋਂ ਇੱਕ ਲੜਕੀ ਦੇ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਸਨੂੰ ਗੁੱਟ ਤੋਂ ਫੜ ਕੇ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਨਾਲ ਹੀ ਘੜੀਸ ਲਿਆ ਜਾਂਦਾ। ਤਿੰਨ ਲੁਟੇਰੇ ਇਹ ਹੁੰਦੇ ਨੇ ਅਤੇ ਹੁਣ ਤਿੰਨਾਂ ਨੂੰ ਹੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਮੋਬਾਈਲ ਫੋਨ ਦੀ ਲੁੱਟ ਖੋਹ ਕਰਦੇ ਸਮੇਂ ਲੜਕੀ ਨੂੰ ਘੜੀਸਣ ਵਾਲੇ ਲੁਟੇਰਿਆਂ ਨੂੰ ਹੁਣ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹਾਈਟੈਕ ਨਾਕਾ ਲਗਾਇਆ ਗਿਆ ਸੀ, ਜਿਸ ਦੌਰਾਨ ਇਹਨਾਂ ਤਿੰਨਾਂ ਨੂੰ ਹੀ ਹੁਣ ਮੌਕੇ ਤੋਂ ਕਾਬੂ ਕਰ ਲਿਆ। ਤਾਂ ਮਾਮਲਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਜਲੰਧਰ ਦਾ ਦੱਸਿਆ ਜਾ ਰਿਹਾ, ਜਦੋਂ ਇੱਕ ਲੜਕੀ ਆਪਣੇ ਘਰ ਦੇ ਵਿੱਚ ਦਾਖਲ ਹੋਣ ਲੱਗੀ ਤਾਂ ਪਿੱਛੋਂ ਤੀ ਬਾਈਕ ਦੇ ਉੱਤੇ ਇਹ ਤਿੰਨ ਲੁਟੇਰੇ ਆਉਂਦੇ ਨੇ ਅਤੇ ਲੁਟੇਰਿਆਂ ਦੇ ਵੱਲੋਂ ਜਦੋਂ ਉਸਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਹਿਲਾਂ ਤਾਂ ਉਸਨੂੰ ਧੱਕਾ ਮਾਰਿਆ ਜਾਂਦਾ ਅਤੇ ਫਿਰ ਮੁਆਫ਼ੀ ਵੀ ਮੰਗੀ ਜਾਂਦੀ ਹੈ। ਅਤੇ ਫਿਰ ਜਿਵੇਂ ਲੜਕੀ ਆਪਣੇ ਘਰ ਦੇ ਵਿੱਚ ਵੜਨ ਲੱਗਦੀ ਹੈ ਤਾਂ ਉਸਨੂੰ ਹੱਥ ਤੋਂ ਫੜ ਕੇ ਖਿੱਚ ਲੈਂਦੇ ਨੇ, ਫੋਨ ਉਸਦੇ ਹੱਥ ਦੇ ਵਿੱਚ ਹੁੰਦਾ ਅਤੇ ਫੋਨ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਲੁਟੇਰਿਆਂ ਦੇ ਵੱਲੋਂ ਆਪਣਾ ਬਾਈਕ ਨਹੀਂ ਰੋਕਿਆ ਜਾਂਦਾ ਅਤੇ ਲੜਕੀ ਨੂੰ ਗੁੱਟ ਤੋਂ ਫੜ ਕੇ ਕਾਫ਼ੀ ਦੂਰ ਤੱਕ ਉਹ ਆਪਣੇ ਨਾਲ ਘੜੀਸਦੇ ਹੋਏ ਹੀ ਲੈ ਜਾਂਦੇ ਨੇ। ਤਾਂ ਜਿਹੜੀ ਕਿ ਸਾਰੀ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਸਭ ਦੇਖਿਆ ਜਾ ਸਕਦਾ ਸੀ ਕਿ ਲੜਕੀ ਨੂੰ ਘੜੀਸਦੇ ਹੋਏ ਇਹ ਬਾਈਕ ਸਵਾਰ ਲੁਟੇਰੇ ਨਜ਼ਰ ਆ ਰਹੇ ਨੇ ਅਤੇ ਜਦੋਂ ਲੜਕੀ ਨੂੰ ਅੱਧਾ ਕਿਲੋਮੀਟਰ ਤੱਕ ਘੜੀਸ ਕੇ ਦੂਰ ਲੈ ਜਾਂਦੇ ਨੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਵਿੱਚ ਪੁਲਿਸ ਮੁਲਾਜ਼ਮ ਉਤਰਦਾ। ਜਿਵੇਂ ਹੀ ਉਹ ਲੜਕੀ ਨੂੰ ਬਚਾਉਣ ਦੇ ਲਈ ਅੱਗੇ ਭੱਜਦਾ ਤਾਂ ਇਹ ਲੁਟੇਰੇ ਉਸਦਾ ਹੱਥ ਛੱਡ ਕੇ ਉਸਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਲੜਕੀ ਕਾਫ਼ੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੀ ਹੈ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਅਤੇ ਫੋਨ ਉਸਦਾ ਖੋਹ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਹਾਈਟੈਕ ਨਾਕਾ ਲਗਾ ਕੇ ਹੁਣ ਤਿੰਨਾਂ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਹਨਾਂ ਦਾ ਕਿਆ ਹਾਲ ਕੀਤਾ ਉਹ ਤੁਸੀਂ ਤਸਵੀਰਾਂ ਦੇ ਵਿੱਚ ਖੁਦ ਹੀ ਦੇਖ ਸਕਦੇ ਹੋ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਸੀ, ਜਦੋਂ ਇੱਕ ਲੜਕੀ ਦੇ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਸਨੂੰ ਗੁੱਟ ਤੋਂ ਫੜ ਕੇ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਨਾਲ ਹੀ ਘੜੀਸ ਲਿਆ ਜਾਂਦਾ। ਤਿੰਨ ਲੁਟੇਰੇ ਇਹ ਹੁੰਦੇ ਨੇ ਅਤੇ ਹੁਣ ਤਿੰਨਾਂ ਨੂੰ ਹੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ।